ਅੱਗੇ ਚੱਲਦੇ ਹਾਂ। ਵੱਡੀ ਖਬਰ ਇੱਕ ਹੋਰ ਹੈ, ਅੱਜ ਤੋਂ ਕਿਸਾਨਾਂ ਦਾ ਹੱਲਾ ਬੋਲ ਜਾਰੀ ਹੈ। ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕਿਸਾਨ ਧਰਨਾ ਦੇਣਗੇ, ਅਗਲੇ 5 ਦਿਨਾਂ ਤੱਕ ਇਹ ਧਰਨਾ ਦੇਣਗੇ, ਕਿਸਾਨ ਕਰਜ਼ ਮੁਆਫ਼ੀ ਨੂੰ ਲੈ ਕੇ ਧਰਨਾ ਦੇਣਗੇ। ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕਿਸਾਨਾਂ ਦਾ ਧਰਨਾ ਅੱਜ ਵੇਖਣ ਨੂੰ ਮਿਲੇਗਾ। ਮਸਲਾ ਹੈ ਕਰਜ਼ ਮੁਆਫ਼ੀ ਦਾ, ਅਗਲੇ 5 ਦਿਨਾਂ ਤੱਕ ਹੱਲਾ ਬੋਲ ਜਾਰੀ ਰਹਿਣ ਵਾਲਾ ਹੈ। ਕਿਸਾਨ ਕਰਜ਼ ਮੁਆਫ਼ੀ ਨੂੰ ਲੈ ਕੇ ਧਰਨਾ ਦੇਣਗੇ। ਫਿਲਹਾਲ ਵੱਡੀ ਖਬਰ ਲਗਾਤਾਰ ਤੁਹਾਨੂੰ ਅਸੀਂ ਵਿਖਾ ਰਹੇ ਹਾਂ, ਕਿਸਾਨਾਂ ਦਾ ਐਲਾਨ, ਮੰਗਾਂ ਇਹਨਾਂ ਦੀ ਇਹੋ ਹੈ ਕਿ ਇਹਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਇਹਨਾਂ ਦਾ ਕਰਜ਼ਾ ਜਿਹੜਾ ਹੈ ਉਹ ਮੁਆਫ਼ ਕੀਤਾ ਜਾਵੇ। ਅਗਲੇ 5 ਦਿਨਾਂ ਤੱਕ ਇਹ ਧਰਨਾ ਦੇਣਗੇ ਕਿਸਾਨ, ਕਿਸਾਨ ਕਰਜ਼ ਮੁਆਫ਼ੀ ਨੂੰ ਲੈ ਕੇ ਧਰਨਾ ਦੇਣਗੇ। ਮਾਨਸਾ ਤੋਂ ਅਮਰਜੀਤ ਸਾਡੇ ਪੱਤਰਕਾਰ ਜੁੜ ਚੁੱਕੇ ਨੇ। ਅਮਰਜੀਤ, ਕੀ ਜਾਣਕਾਰੀ ਹੈ, ਕਿਸ ਤਰ੍ਹਾਂ ਦੀ ਨੀਤੀ ਇਹਨਾਂ ਨੇ ਬਣਾਈ ਹੈ? ਅਮਰ, ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈਗਾ, ਬੈਂਕਾਂ ਦੇ ਅੱਗੇ ਜਿਹੜੇ ਕਿਸਾਨ ਜਿਹੜੇ ਹੈਗੇ ਨੇ ਮੰਗ ਕਰ ਰਹੇ ਹੈਗੇ, ਪੰਜਾਬ ਸਰਕਾਰ ਵੱਲੋਂ ਵਾਰ ਵਾਰ ਜਿਹੜੇ ਵਾਅਦੇ ਕੀਤੇ ਗਏ ਨੇ ਕਿ ਕਿਸਾਨਾਂ ਦੇ ਨਾਲ ਵੀ ਕਰਜ਼ਾ ਮੁਕਤੀ ਨੂੰ ਲੈ ਕੇ ਜਿਹੜਾ ਕਰਜ਼ਾ ਕਿਸਾਨਾਂ ਦਾ ਅਸੀਂ ਬਿਲਕੁਲ ਜਿਹੜਾ ਮਾਫ਼ ਕਰਾਂਗੇ, ਪਰ ਹਾਲੇ ਤੱਕ ਜਿਹੜਾ ਕਰਜ਼ਾ ਬਹੁਤ ਜਿਹੜੇ ਕਿਸਾਨ ਅਧੂਰੇ ਪਏ ਨੇ, ਜਿਹੜੇ ਕਰਜ਼ੇ ਦੇ ਨਾਲ ਜਿਹੜੇ ਜੂਝ ਰਹੇ ਨੇ ਤੇ ਦਿਨ ਦਿਨੋਂ ਦਿਨ ਜਿਹੜੇ ਖੁਦਕਸ਼ੀਆਂ ਕਰ ਰਹੇ ਨੇ ਜੀ, ਤੇ ਜਿਸ ਦੇ ਚੱਲਦੇ ਅੱਜ ਇੱਕ ਜਿਹੜਾ ਹੱਲਾ ਬੋਲ ਕੇ ਜਿਹੜਾ ਕਿਸਾਨਾਂ ਵੱਲੋਂ ਪੂਰੇ ਪੰਜਾਬ ਦੇ ਜ਼ਿਲ੍ਹਾ ਪਰ ਹੈੱਡਕੁਆਰਟਰਾਂ ਦੇ ਅੱਗੇ ਜਿਹੜਾ ਬੈਂਕਾਂ ਅੱਗੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈਗਾ ਜੀ, 5 ਦਿਨ ਜਿਹੜਾ ਲਗਾਤਾਰ ਦਿਨ ਰਾਤ ਜਿਹੜਾ ਧਰਨਾ ਜਾਰੀ ਰਹੇਗਾ ਜੀ। ਬਿਲਕੁਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਤੁਹਾਨੂੰ ਦੱਸ ਦਿੰਦੇ, ਮਾਲਵਾ ਦੀ ਇਹੋ ਬੈਲਟ ਹੈ ਜਿੱਥੇ ਸਭ ਤੋਂ ਜ਼ਿਆਦਾ ਤਾਦਾਦ 'ਚ ਕਿਸਾਨ ਆਤਮਹੱਤਿਆ ਕਰਦੇ ਨੇ, ਜਾਇ ਜਿਸ ਦੁਖਦ ਸਮਾਚਾਰ ਸਾਨੂੰ ਵੇਖਣ ਨੂੰ ਮਿਲਦੇ ਨੇ ਇਸ ਬੈਲਟ ਤੋਂ। ਪਰ 5 ਦਿਨਾਂ ਤੱਕ ਇਹ ਧਰਨਾ ਦੇਣਗੇ, ਅਗਲੇ 5 ਦਿਨਾਂ ਤੱਕ ਸਰਕਾਰ ਦੇ ਖਿਲਾਫ਼ ਇਹ ਹੱਲਾ ਬੋਲ ਵੇਖਣ ਨੂੰ ਮਿਲੇਗਾ। ਕਿਸਾਨ ਕਰਜ਼ ਮੁਆਫ਼ੀ ਨੂੰ ਲੈ ਕੇ ਧਰਨਾ ਦੇਣਗੇ ਅਤੇ ਹੁਣ ਆਰ ਪਾਰ ਦੀ ਲੜਾਈ ਲਈ ਇਹ ਤਿਆਰ ਨਜ਼ਰ ਆ ਰਹੇ ਨੇ। ਅੱਜ ਤੋਂ ਕਿਸਾਨਾਂ ਦਾ ਹੱਲਾ ਬੋਲ ਹੈ, ਨਵੇਂ ਸਾਲ ਦੇ ਪਹਿਲੇ ਦਿਨ ਅਤੇ ਮਸਲਾ ਉਹੀ ਪੁਰਾਣਾ ਕਰਜ਼ ਮੁਆਫ਼ੀ ਦਾ। ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕਿਸਾਨਾਂ ਦਾ ਇਹ ਧਰਨਾ ਵੇਖਣ ਨੂੰ ਮਿਲੇਗਾ।